ਜੀਤ ਸਿੰਘ ਸੰਧੂ ਦਾ ਨੋਵਲ ਹੈ ਜੰਗ ਇਉਂ ਵੀ ਤੇਰਵਾਂਗ ਸਵੇਰੇ 7:30 ਦੇ 30 ਮਿੰਟ ਤੇ ਰਾਣੀ ਆਪਣੇ ਸਾਥੀ ਵਰਕਰ ਕੁੜੀਆਂ ਨਾਲ ਮਿਲਦਾ 메ਨ ਗੇਟ ਲੰਘ ਸਾਈਕਲ ਸਟੈਂਡ ਕੋਲ ਦੀ ਹੁੰਦੀ ਹੋਈ ਅੰਦਰ ਵੜਨ ਲੱਗੀ ਸੀ ਜਦ ਬਿੱਲੂ ਆਪਣੀ ਜੁੰਡਲੀ ਨਾਲ ਕੈਂਟੀਨ ਚੋਂ ਨਿਕਲਿਆ ਉਹਦੇ ਇੱਕ ਸਾਥੀ ਦੇ ਹੱਥ 'ਚ ਭਰੀ ਹੋਈ 52 ਪਲਾਸਟਿਕ ਦੀ 9 ਕੋਇੰਚ ਲੰਬੀ ਪਾਈਪ ਜਿਸ ਤੇ ਤਾਂ ਗਲ ਪੇਟਿਆ ਹੁੰਦਾ ਹੈ ਸੀ ਜੋਨੇ ਰਾਣੀਵਲ ਚਲਾਈ ਤੇ 52 ਰਾਣੀ ਦੀ ਟਾਕ ਤੇ ਵੱਜੀ ਉੱਤਰਬ ਕੇ ਚਾਕੀ ਤਾਂ ਜੁੰਡਲੀ ਖਿੜਖਿੜ ਕਰਕੇ ਹੱਸ ਪਈ 52 ਮਾਰਨ ਵਾਲਾ ਮੱਦੀ ਕੋ ਹੋਰ ਅਸ਼ਲੀਲ ਹਰਕਤ ਕਰ ਗਿਆ ਬਿੱਲੂ ਨੇ ਉਹਦਾ ਮੋਢਾ ਥਾਪੜਦਿਆਂ ਆਖਿਆ ਕਿਆ ਨਿਸ਼ਾਨਾ ਮਾਰਿਆ ਯਾਰ ਇਹਨੇ ਨਿਸ਼ਾਨਾ ਲਾਉਣ ਦੀ ਟ੍ਰੇਨਿੰਗ ਪਹਿਲਾਂ ਆਪਣੀਆਂ ਮਾਵਾ ਭੈਣਾਂ ਤੇ ਸਿੱਖ ਲਈ ਹੂ ਤਾਂ ਹੀ ਰਾਣੀ ਨੇ ਆਖਿਆ ਤਾਂ ਸਾਰੀਆਂ ਕੁੜੀਆਂ ਉਹਦੇ ਬਰਾਬਰ ਆ ਖੜੀਆਂ 8 ਵਜੇ ਸ਼ਿਫਟ ਬਦਲਣੀ ਸੀ ਇਸ ਲਈ ਕਾਫੀ ਇਕੱਠ ਸੀ ਰਾਤੀ ਸ਼ਿਫਟ ਵਾਲੇ ਕੰਮ ਤੋਂ ਆ ਰਹੇ ਸਨ ਦਿਨ ਵਾਲੇ ਜਾ ਰਹੇ ਸਨ ਮੇਲੇ ਵਰਗਾ ਮਾਹੌਲ ਸੀ ਰਾਣੀ ਮਾਵਾ ਭੈਣਾ ਪਉਣ ਤੋਂ ਪਹਿਲਾਂ ਆਪਣੀ ਔਕਾਤ ਵੇਖ ਸਾਲੀ ਏਡਸ ਦੀ ਸ਼িকার ਗਲੀ ਸੜੀ ਔਰਤ ਚੀਨੇ ਨੇ ਆਖਿਆ ਪਰ ਰਾਣੀ ਨੂੰ ਆਪਣੇ ਵੱਲ ਵੱਧਦੀ ਵੇਖ ਪਿੱਛੇ ਵੀ ਖਿਸਕ ਗਿਆ ਰਾਣੀ ਨੇ 52 ਮਾਰਨ ਵਾਲੇ ਮੱਦੀ ਦੇ ਮੂੰਹ ਤੇ ਫਲਕੇ ਰੋਟੀ ਵਾਲਾ ਡੱਬਾ ਮਾਰਿਆ ਪਰ ਡੱਬਾ ਟੁੱਟਮਾ ਜਿਹਾ ਵੱਜਿਆ ਉਹ ਮੂੰਹ ਨਾ ਘਮਾ ਲੰਦਾ ਤੇ ਮੂੰਹ ਵਾਲਾ 97 ਹੋ ਜਾਣਾ ਸੀ ਫਿਰ ਵੀ ਨਾਸਾਂ ਚੋਂ ਲਹੂ ਵਗਣ ਲੱਗ ਪਿਆ ਸੀ ਬਾਕੀ ਕੁੜੀਆਂ ਵੀ ਜੇਰਾਕਰ ਅੱਗੇ ਵਧੀਆਂ ਬਿੱਲੂ ਮੌਕਾ ਤਾੜ ਪਿੱਛੇ ਖਿਸਕ ਗਿਆ ਪਰ ਮੱਦੀ ਕੁੜੀਆਂ ਨੇ ਫੜ ਲਿਆ ਚੀਨਾ ਅੱਗੇ ਹੋਇਆ ਉਹਦੇ ਵਿੱਚ ਚੱਪਲਾਂ ਮਰਨ ਲੱਗ ਪਈਆਂ ਬਸ ਬਸ ਬਹੁਤ ਹੋ ਗਈ ਹੈ ਇਹਨਾਂ ਨਾਲ ਗੁਰਪੰਤ ਨੇ ਆ ਕੁੜੀਆਂ ਨੂੰ ਆਖਿਆ ਕਾਫੀ ਇਕੱਠ ਵੱਜ ਗਿਆ ਸੀ ਬਿੱਲੂ ਦਾ ਤਾਂ ਨਾਂ ਨਿਸ਼ਾਨ ਨਹੀਂ ਸੀ ਕਿੱਧਰ ਗਿਆ ਚੀਨਾ ਤੇ ਮੱਦੀ ਕਾਵਾਂ ਦੇ ਘੇਰੇ ਉੱਲੂ ਵਾਂਗ ਖੜੇ ਸਨ ਇੱਕ ਦੋ ਜਿਹੜੇ ਉਹਨਾਂ ਦੇ ਹਮੈਤੀ ਹੋਰਸਾਂ ਉਹ ਵੀ ਮੌਕਾ ਵੇਖ ਖਿਸਕ ਗਏ ਭੈਣ ਦੇ ਆ ਯਾਰਾ ਇਹ ਤੇਰੀ ਸ਼ਹਿਤ ਹੀ ਸਾਡੀ ਬੇਇੱਜ਼ਤੀ ਹੋਈ ਆ ਚੀਨਾ ਗੁਰਬੰਤ ਨੂੰ ਆਖ ਰਿਹਾ ਸੀ ਉਹਦੀ ਸ਼ਰਟ ਲੰਗਾਰ ਹੋਈ ਪਈ ਸੀ ਮੱਦੀ ਹੂ ਬੁੰਦਲਿਆ ਪਿਆ ਸੀ ਚਲੋ ਵੀ ਅੰਦਰ ਆਪੋ ਆਪਣੀਆਂ ਮਸ਼ੀਨਾਂ ਸੰਭੋ ਤੇ ਰਿੰਗ ਖਾਤੇ ਦੇ ਜਿਹੜੇ ਡਾਫगिरਣ ਵਾਲਿਆ ਘਰਾ ਦਿਓ ਚਲੋ ਮੇਰੇ ਭਾਈ ਖਾਤੇਆਂ ਚ ਪੰਤ ਨੇ ਭੇੜ ਖਿੰਡਾ ਦਿੱਤੀ ਕਾਫੀ ਵਰਕਰ ਖੁਸ਼ ਸਨ ਬਿੱਲੂ ਚੀਨੇ ਹੁਣਾ ਦੇ ਝੰਡ ਹੁੰਦੀ ਪਹਿਲੇ ਦਿਨ ਵੇਖੀ ਸੀ ਬਿੱਲੂ ਤਾਂ ਕੰਟੇਨ ਦੇ ਸਟੋਰ ਚ ਜਾ ਕੇ ਡੜ ਗਿਆ ਸੀ ਵੇਲਾ ਵਿਚਾਰ ਗਿਆ ਸੀ ਤੇ ਘੰਟੇ ਤੋਂ ਬਾਅਦ ਹੀ ਗੁਰਪੰਤ ਨੂੰ ਲੇਬਰ ਅਫਸਰ ਦੇ ਦਫਤਰ ਚ ਬੁਲਾਵਾ ਆ ਗਿਆ ਸੀ ਉਹ ਦਫਤਰ ਚ ਆਇਆ ਸੀ ਤਾਂ ਐਮ ਡੀ ਲੇਬਰ ਅਫਸਰ ਵਾਲੀ ਕੁਰਸੀ ਮੱਲੀ ਬੈਠਾ ਸੀ ਤੇ ਲੇਬਰ ਅਫਸਰ ਅਗਲੀਆਂ ਕੁਰਸੀਆਂ ਚੋਂ ਇੱਕ ਤੇ ਬੈਠਾ ਸੀ ਗੁਰਪੰਤ ਵੱਲ ਝਾਕ ਫਿਰ ਨਿਗਾ ਮੇਜ਼ ਤੇ ਘੱਟਦੀ ਮੈਨੂੰ ਬੁਲਾਇਆ ਸਰ ਹਾਂ ਤੇਰੇ ਮਿਹਨਤੀ ਸੁਭਾਤ ਤੋਂ ਅਸੀਂ ਜ਼ਰੂਰ ਖੁਸ਼ ਹਾਂ ਇੱਕ ਸੱਚਾ ਸੁੱਚਾ ਇਨਸਾਨ ਹੈ ਇਮਾਨਦਾਰ ਹੈ ਪਰ ਜੋ ਤੂੰ ਕਰ ਰਿਹਾ ਹੈ ਜਾਜ ਵਰਕਰ ਕੁੜੀਆਂ ਤੋਂ ਕਰਵਾਇਆ ਉਹ ਮਿਲਦੇ ਹੱਕ ਚ ਨਹੀਂ ਕਿਉਂ ਸਰ ਅਸੀਂ ਮਿਲ ਚਲਾਉਣੀ ਆ ਵਰਕਰ ਤੋਂ ਕੰਮ ਲੈਣਾ ਆ ਵਰਕਰ ਨਾਲ ਸਾਡਾ ਰਿਸ਼ਤਾ ਇੰਨਾ ਹੀ ਹੋਣਾ ਚਾਹੀਦਾ ਹੈ ਕਿ ਉਹ ਵੱਧ ਤੋਂ ਵੱਧ ਕੰਮ ਕਿਵੇਂ ਕਰੇ ਪਰ ਤੂੰ ਇੱਥੇ ਹੋਰ ਹੀ ਚੱਕਰ ਚ ਪੈ ਗਿਆ ਸੁਧਾਰਵਾਦੀ ਹੁਣ ਸਾਡੇ ਹਿੱਤਾਂ ਚ ਨਹੀਂ ਕੰਮ ਬਸ ਕੰਮ ਅਸੀਂ ਵਰਕਰ ਤੋਂ ਕੰਮ ਲੈਣਾ ਔਰ ਕੀ ਕਰਦੇ ਆ ਕਿਵੇਂ ਕਰਦੇ ਆ ਸਾਨੂੰ ਕੋਈ ਮਤਲਬ ਨਹੀਂ ਹੋਣਾ ਚਾਹੀਦਾ ਪਹਿਲਾਂ ਵੀ ਇਸ ਵਿਸ਼ੇ ਤੇ ਮੇਰੀ ਤੇਰੇ ਨਾਲ ਗੱਲ ਹੋ ਚੁੱਕੀ ਆ ਜੋ ਅੱਜ ਹੋਇਆ ਠੀਕ ਨਹੀਂ ਹੋਇਆ ਚੀਨਾ ਯੂਨੀਅਨ ਪ੍ਰਧਾਨ ਬਿੱਲੂ ਬਾਰੇ ਵੀ ਤੈਨੂੰ ਭੁੱਲਣੀ ਐਮ ਡੀ ਨੇ ਆਪਣੀ ਪੜਾਸ਼ ਕੱਢੀ ਸਰ ਕੀ ਵਰਕਰ ਕੁੜੀਆਂ ਕਿਸੇ ਦੀਆਂ ਧੀਆ ਪੈਣਾ ਨਹੀਂ ਐ ਉਹਨਾਂ ਦੀ ਕੋਈ ਇੱਜ਼ਤ ਨਹੀਂ ਐ ਮੈਂ ਪਹਿਲਾਂ ਵੀ ਆਖਿਆ ਸਾਨੂੰ ਇਹਨਾਂ ਗੱਲਾਂ ਨਾਲ ਕੋਈ ਵੀ ਮਤਲਬ ਨਹੀਂ ਹੋਣਾ ਚਾਹੀਦਾ ਸਰ ਜੇ ਹਰ ਅਦਾਰਾ ਹੀ ਐ ਸੋਚਣ ਲੱਗ ਪਵੇ ਫਿਰ ਕੁੜੀਆਂ ਦੀ ਇੱਜ਼ਤ ਦੀ ਰਾਖੀ ਕਿਵੇਂ ਹੋਏਗੀ ਉਹਨਾਂ ਨੂੰ ਸੇਫਟੀ ਦੇਣਾ ਮਿਲਦਾ ਫਰਜ਼ ਐ ਸਹਿ ਨਹੀਂ ਤਾਂ ਬਹੁਤ ਭਿਆਨਕ ਘਟਨਾਵਾਂ ਜਨਮ ਲੈਣਗੀਆਂ ਆਪਾਂ ਹਰ ਰੋਜ਼ ਅਖਬਾਰਾਂ 'ਚ ਪੜ੍ਹਦੇ ਸੁਣਦੇ ਆ ਭਾਈ ਸਾਹਿਬ ਤੁਸੀਂ ਇੱਥੇ ਮਿਲ ਲਈ ਕੰਮ ਕਰ ਰਹੇ ਹੋ ਸਮਾਜ ਸੇਵਾ ਇਥੋਂ ਬਾਹਰ ਦੀ ਗੱਲ ਤਾਂ ਹੋ ਸਕਦੀ ਐ ਪਰ ਅੰਦਰ ਨਹੀਂ ਲੇਬਰ ਅਫਸਰ ਬੋਲਿਆ ਮੈਂ ਇੱਕ ਗੱਲ ਸਾਫ਼ ਕਰ ਦੇਵਾਂ ਕਿ ਰਾਣੀ ਮੇਰੀ ਮੰਗੇਤਰ ਤੇ ਕੋਈ ਵੀ ਗੈਰਤਮੰਦ ਆਦਮੀ ਇਹ ਨਹੀਂ ਚਾਹੇਗਾ ਕਿ ਉਹਦੀ ਇੱਜ਼ਤ ਨੂੰ ਹੱਥ ਪਵੇ ਗੁਰਬੰਧ ਨੇ ਆਖਿਆ ਕੁਝ ਦਿਨ ਪਹਿਲਾਂ ਗੁਰਬੰਧ ਤੇ ਰਾਣੀ ਨੇ ਵਿਆਹ ਕਰਵਾਉਣ ਦਾ ਫੈਸਲਾ ਕਰ ਲਿਆ ਸੀ ਉਹਨਾਂ ਦਾ ਇੱਕ ਦੂਜੇ ਵੱਲ ਝੁਕਾ ਵਧਾ ਵਧਾ ਪਿਆਰ ਚ ਬਦਲ ਗਿਆ ਉਸ ਤੋਂ ਪਹਿਲਾਂ ਹੀ ਰਾਣੀ ਨੇ ਰਾਣੀ ਦੇ ਆਖਣ ਤੇ ਕਿ ਕੌਣ ਕਰੂ ਮੇਰੇ ਨਾਲ ਵਿਆਹ ਮੈਂ ਕਰੂੰ ਤੇਰੇ ਨਾਲ ਵਿਆਹ ਪੰਤਾ ਆਖ ਚੁੱਕਿਆ ਸੀ ਤੇ ਫਿਰ ਇੱਕ ਦੂਜੇ ਦੇ ਨਜ਼ਦੀਕ ਹੁੰਦੇ ਗਏ ਸਨ ਹੁਣ ਸਿਰਫ ਕਰਦਿਆਂ ਦੀ ਇਜਾਜ਼ਤ ਲੈਣੀ ਬਾਕੀ ਸੀ ਨਾ ਹੀ ਕੋਈ ਗੁਰਬੰਧ ਦੇ ਮਾਪਿਆਂ ਨੂੰ ਇਤਰਾਜ਼ ਹੋਣਾ ਸੀ ਤੇ ਨਾ ਹੀ ਰਾਣੀ ਦੇ ਪਿਓ ਨੂੰ ਤੇਰੀ ਮੰਗੇਤਰ ਕੀ ਆਖਦਾ ਏ ਤੂੰ ਲੇਬਰ ਅਫਸਰ ਨੂੰ ਐਨ ਲੱਗਾ ਜਿਵੇਂ ਗੁਰਪੰਤ ਦੇ ਸਿੰਘ ਉਹ ਗਾਏ ਹੋਣ ਐਹ ਭਲਾ ਕਿਵੇਂ ਹੋ ਸਕਦਾ ਹੈ ਰਾਣੀ ਨਾਲ ਉਸ ਭਾਣੇ ਗੁਰਪੰਤ ਵਿਆਹ ਕਿਵੇਂ ਕਰਵਾ ਸਕਦਾ ਸੀ ਕਿਉਂ ਮੈਂ ਕੋਈ ਅਨੋਖਾ ਕੰਮ ਕਰਨ ਲੱਗਾ ਜਨਾਬ ਵਿਆਹ ਤਾਂ ਸਾਰਾ ਜੱਗ ਜਹਾਨੀ ਕਰਾਉਂਦਾ ਹੈ ਮੇਰੇ ਤੇ ਰਾਣੀ ਦੇ ਵਿਆਹ ਬਾਰੇ ਸੁਣ ਤੁਹਾਨੂੰ ਹੈਰਾਨਗੀ ਜੀ ਕਿਉਂ ਹੋਈ ਹੈ ਪੰਤ ਭਾਵੇਂ ਲੇਬਰ ਅਫਸਰ ਦੇ ਅੰਦਰਲੀ ਗੱਲ ਸਮਝ ਗਿਆ ਸੀ ਐਡਾ ਭੋਲਾ ਨਹੀਂ ਸੀ ਉਹ ਮੇਰਾ ਮਤਲਬ ਸੀ ਹਾਂ ਹਾਂ ਜਨਾਬ ਆਪਣਾ ਮਤਲਬ ਮੈਨੂੰ ਚੰਗੀ ਤਰ੍ਹਾਂ ਸਮਝਾ ਦਿਓ ਤੁਸੀਂ ਇਹਦੇ 'ਚ ਝਿਜਕ ਵਾਲੀ ਕਿਹੜੀ ਗੱਲ ਆ ਨਾਲੇ ਤੁਸੀਂ ਮੇਰੇ ਅਫਸਰ ਉਹ ਬੇਰੋਕ ਟੋਕ ਕੁਝ ਵੀ ਆਖ ਸਕਦੇ ਹੋ ਫਿਰ ਝਿਜਕ ਕਹੀ ਤੂੰ ਸ਼ਾਇਦ ਇਸ ਗੱਲੋਂ ਅਣਜਾਣੇ ਕਿ ਰਾਣੀ ਨੂੰ ਏਡਜ਼ ਹੈ ਆਖ ਲੈ ਪਰ ਅਫਸਰ ਨਹੀਂ ਵੀ ਪਾ ਗਿਆ ਤੁਸੀਂ ਸ਼ਾਇਦ ਸਾਹਿਬ ਜੀ ਇਸ ਗੱਲੋਂ ਅਣਜਾਣੂ ਕਿ ਇਹ ਅਫਵਾਹ ਵੀ ਬਿੱਲੂ ਜੁੰਡਲੀ ਦੀ ਫਲਾਈ ਹੋਈ ਹੈ ਰਾਣੀ ਉਵੇਂ ਹੀ ਰੇਸ਼ਟ ਪੋਸ਼ਟਾ ਜਿਵੇਂ ਹਰ ਤੰਦਰੁਸਤ ਆਦਮੀ ਉਹਨੂੰ ਕੋਈ ਬਿਮਾਰੀ ਨਹੀਂ ਜ਼ੁਕਾਮ ਤੱਕ ਨਹੀਂ ਇਕ ਉਹ ਟਾਈਫਾਇਡ ਜ਼ਰੂਰ ਹੋਇਆ ਸੀ ਜਾਂ ਦੋਨੇ ਕੁਛ ਛੁੱਟੀਆਂ ਲਈਆਂ ਸਨ ਤੇ ਉਦੋਂ ਹੀ ਖੰਭਾਂ ਦੀਆਂ ਡਾਰਾਂ ਬਣੀਆਂ ਸੀ ਕਦੀ ਵੀ ਕਿਸੇ ਨੇ ਇਸ ਗੱਲ ਦੀ ਤੈਅ ਤੱਕ ਜਾਣ ਦੀ ਕੋਸ਼ਿਸ਼ ਨਹੀਂ ਕੀਤੀ ਸੀ ਤੇ ਵਿਚਾਰੀ ਬਿਨਾਂ ਵਜ੍ਹਾ ਬਦਨਾਮ ਹੋ ਗਈ ਗੁਰਪੰਤ ਨੇ ਦੱਸਿਆ ਤਾਂ ਐਮ ਡੀ ਗੁਪਤਾ ਤੇ ਲੇਬਰ ਅਫਸਰ ਦੋਵੇਂ ਹੀ ਹੈਰਾਨ ਹੋਈ ਸਨ ਉਹ ਸੱਚਮੁੱਚ ਹੀ ਝੂਠੀ ਇਹ ਬਾਤ ਉਹ ਅਣਜਾਣ ਸਨ ਕਾਫੀ ਚਿਰ ਚੁੱਪ ਜੀ ਤਣੀ ਰਹੀ ਫਿਰ ਐਮ ਡੀ ਨੇ ਹੀ ਮੂੰਹ ਖੋਲਿਆ ਭਾਵੇਂ ਕੁਝ ਵੀ ਹੈ ਮੈਨੇਜਮੈਂਟ ਨੇ ਤੁਹਾਡੇ ਨਿੱਜੀ ਮਾਮਲਿਆਂ 'ਚੋਂ ਕੁਝ ਨਹੀਂ ਲੈਣਾ ਦੇਣਾ। ਅਸੀਂ ਤੁਹਾਨੂੰ ਵਾਰਨਿੰਗ ਦਿੰਦੇ ਹਾਂ ਕਿ ਤੁਸੀਂ ਉਹਨਾਂ ਲੋਕਾਂ ਨਾਲ ਉਲਝਣਾ ਛੱਡ ਦਿਓ ਨਹੀਂ ਤੁਹਾਨੂੰ ਗੱਲ ਦਬਕਿਓ ਗਈ ਜਨਾਬ। ਆਖਦੇ ਹੋ ਨਾ ਤੁਹਾਨੂੰ ਨੌਕਰੀ ਤੋਂ ਕੱਢਿਆ ਜਾ ਸਕਦਾ ਹੈ। ਤੁਹਾਡੀ ਖੁਸ਼ੀ ਹੈ ਜੇ ਤੁਸੀਂ ਇੱਥੋਂ ਤੱਕ ਜਾਣਾ ਚਾਹੁੰਦੇ ਹੋ ਤਾਂ ਜਾ ਸਕਦੇ ਹੋ। ਰਹੀ ਗੱਲ ਅੱਜ ਦੀ ਰਾਣੀ ਨੇ ਰਾਣੀ ਦੇ ਮੱਦੀ ਨਾਂ ਦੇ ਵਰਕਰ ਨੇ ਜਿਹੜਾ ਬਾਵਨ ਮਾਰੀ ਆ ਭਰੀ ਦਾ weight 250 ਗ੍ਰਾਮ ਤੁਸੀਂ ਅੱਜ ਤੱਕ ਨਾ ਹੀ ਬਿੱਲੂ ਨੂੰ ਨਾ ਹੀ ਕਿਸੇ ਉਹਦੇ ਸਾਥੀ ਨੂੰ ਤਲਬ ਕੀਤਾ ਹੈ ਉਲਟੀ ਗੰਗਾ ਹੀ ਵਗੀ ਹੈ ਸਾਡਾ ਕਹਿਣ ਦਾ ਭਾਵ ਹੈ ਜਦੋਂ ਦਾ ਤੂੰ ਮਿਲ ਚ ਆਇਆ ਐ ਐਮ ਡੀ ਅਗਲੀ ਗੱਲ ਘੁੱਟ ਜਿ ਭਾਵੇਂ ਗਿਆ ਪਰ ਭੰਤ ਸਮਝ ਗਿਆ ਕਿ ਉਹਨੇ ਕੀ ਆਖਿਆ ਸੀ ਜਨਬ ਆਪਣੀ ਇੱਕ ਕਹਾਵਤ ਆ ਨਵੀਂ ਵਿਆਹੀ ਬੋਟੀ ਨੂੰ ਆਪਣੇ ਸਹੁਰੇ ਘਰੋਂ ਜਿਨ੍ਹਾਂ ਦੇ ਬੱਕਰੀਆਂ ਦਾ ਇਜਰਸੀ ਮੁਸ਼ਕ ਆਇਆ ਕਰੇ ਪਰ ਉਹ ਕੁਝ ਮਹੀਨਿਆਂ ਬਾਅਦ ਹੀ ਆਖਣ ਲੱਗ ਪਈ ਕਿ ਜਦੋਂ ਦੀ ਉਹ ਆਈ ਹੈ ਮੁਸਕਾਉਣਾ ਫਟ ਗਿਆ ਭਾਵ ਨਕ ਜੋ ਮਰ ਗਿਆ ਸੀ ਮੇਰਾ ਨੱਕ ਇਸ ਮੁਸ਼ਕਤੋਂ ਨਹੀਂ ਮਰਿਆ ਜਨਾਬ ਤੇ ਨਾ ਹੀ ਮਰੇ ਕੁਰਬਾਨਤ ਨੇ ਵਿਅੰਗ ਕੱਸਿਆ ਤੇਰੇ ਕਹਿਣ ਦਾ ਭਾਵ ਤਾਂ ਇਹੋ ਆ ਨਾ ਕਿ ਅਸੀਂ ਬਿੱਲੂ ਵਰਗਿਆਂ ਨੂੰ ਸਹਿਣ ਦੇ ਆਦੀ ਹੋ ਗਏ ਆ ਲੇਬਰ ਅਫਸਰ ਅੱਖਾਂ ਤਰੇਰ ਕੇ ਬੋਲਿਆ ਬਿਲਕੁਲ ਤੁਸੀਂ ਉਹਨਾਂ ਦੀਆਂ ਬਹੁਤ ਹੀ ਘਨਾਉਣੀਆਂ ਹਰਕਤਾਂ ਨੂੰ ਵੀ ਅਣਦੇਖਿਆ ਕਰਦੇ ਆ ਰਹੇ ਹੋ ਉਹ ਵੀ ਤਾਂ ਕਿ ਮਿਲ ਚ ਕੋਈ ਗੜਬੜ ਨਾ ਫੈਲ ਜਾਏ ਜਾਂ ਬਿੱਲੂ ਦੀ ਉੱਪਰ ਤੱਕ ਪਹੁੰਚ ਆ ਪਰ ਜਨਾਬ ਵਰਕਰ ਦੀ ਇੱਜ਼ਤ ਮਾਲ ਦੀ ਸੁਰੱਖਿਆ ਦਾ ਵੀ ਤਾਂ ਫਰਜ਼ ਬਣਦਾ ਹੈ ਰਹੀ ਗੱਲ ਮੈਨੂੰ ਮਿਲ ਚੋਂ ਕੱਢਣ ਦੀ ਕੋਈ ਵਿੰਗਾ ਟੇਡਾ ਤਰੀਕਾ ਵਰਤਣਾ ਵਰਤ ਲੋ ਪਰ ਮੈਂ ਬਕਾਇਦਾ ਟ੍ਰੇਨਿੰਗ ਲੈ ਕੇ ਇੰਟਰਵਿਊ ਚੋਂ ਪਾਸ ਹੋ ਕੇ ਆਇਆ ਹਾਂ ਇਹ ਵੀ ਹੋ ਸਕਦਾ ਹੈ ਮੇਰੀ ਵੀ ਉੱਪਰ ਤੱਕ ਪਹੁੰਚ ਹੋਵੇ ਪਰ ਹਾਂ ਜੇ ਤੁਹਾਨੂੰ ਮੇਰੇ ਕੰਮ ਕਰਨ ਦਾ ਢੰਗ ਜਾਂ ਵਰਕਰਾਂ ਨਾਲ ਮਿਲਬਰਤਨ ਨਹੀਂ ਪਾਉਂਦਾ ਮੈਂ ਆਪ ਹੀ ਅਸਤੀਫਾ ਦੇ ਜਾਣਾ ਪਰ ਇਹ ਵੀ ਧਿਆਨ ਚ ਰੱਖਿਓ ਵਰਕਰ ਮੇਰੇ ਨਾਲ ਸਹਿਮਤ ਹੋਣਗੇ ਜੇ ਉਹਨਾਂ ਵੀ ਅਸਤੀਫੇ ਤੁਹਾਡੀ ਮੇਜ਼ ਤੇ ਲਿਆ ਰੱਖੇ ਮੇਰਾ ਇਸ 'ਚ ਕੋਈ ਦੋਸ਼ ਨਹੀਂ ਹੋਣਾ ਗੁਰਬੰਤ ਨੂੰ ਜਦ ਆਪਣੇ ਤੇ ਐਮ ਡੀ ਤੇ ਲੇਬਰ ਅਫਸਰ ਨਜਾਇਜ਼ ਦਬਾਅ ਪਾਉਂਦੇ ਦਿੱਸੇ ਤਾਂ ਉਹਨੇ ਵੀ ਉਂਗਲ ਟੇਢੀ ਕਰ ਲਈ ਫਿਰ ਕਾਫੀ ਚਿਰ ਚੁੱਪ ਤਣੀ ਰਹੀ ਫਿਰ ਗੁਰਬੰਤ ਨੇ ਚੁੱਪ ਤੋੜੀ ਮੈਂ ਜਾ ਸਕਦਾ ਸਰ ਹਾਂ ਹਾਂ ਕਿਉਂ ਨਹੀਂ ਐਮ ਡੀ ਨੇ ਆਖਿਆ ਉਠ ਖੜੋਤਾ ਫਿਰ ਲੇਬਰ ਅਫਸਰ ਨੇ ਫਕਾਰਾ ਜਿਹਾ ਛੜਦੇ ਐਮ ਡੀ ਸਾਬ ਨੂੰ ਆਖਿਆ ਜਨਾਬ ਗੁਰਬੰਤ ਸਾਰੀ ਦਾ ਸੱਚਾ ਆ ਮੈਂ ਜਾਣਦਾ ਗੁਇਲ ਸਾਹਿਬ ਪਰ ਕੀਤਾ ਵੀ ਕੀ ਜਾ ਸਕਦਾ ਕੁਝ ਦਿਨ ਪਹਿਲਾਂ ਹੀ ਐਮ ਐਲ ਏ ਸਾਹਿਬ ਨੇ ਫੋਨ ਆਖਿਆ ਸੀ ਕਿ ਮੇਰੇ ਬੰਦਿਆਂ ਦਾ ਖਿਆਲ ਰੱਖਿਆ ਕਰੋ ਹੁਣ ਤੁਸੀਂ ਦੱਸ ਚਲੋ ਇਹ سلسلہ ਤਾਂ ਚੱਲਦਾ ਹੀ ਰਹਿਣਾ ਜਨਾਬ ਬੰਬੇ ਤੋਂ ਇੱਕ ਪਾਰਟੀ ਆਈ ਸੀ ਜੇ ਆਪਾਂ ਕੁਝ ਨਵੀਆਂ ਮਸ਼ੀਨਾਂ ਉਹਨਾਂ ਤੋਂ ਮੰਗਵਾਉਣੇ ਆ ਤਾਂ ਉਹ ਮੂਹ ਮੰਗਿਆ ਕਮਿਸ਼ਨ ਦੇਣ ਲਈ ਤਿਆਰ ਆ ਲੇਬਰ ਅਫਸਰ ਨੇ ਗੱਲ ਦੋਜੀ ਪੱਟੜੀ ਤੇ ਲੈ ਆਉਂਦੀ ਅਹਮਦਾਬਾਦ ਵਾਲੇ ਵੀ ਤਾਂ ਆਪਾਂ ਨੂੰ ਦੇ ਹੀ ਰਹੇ ਆ ਥਾਂ ਥਾਂ ਕਿਉਂ ਨੰਗੇ ਹੋਣਾ ਐਮ ਡੀ ਗੁਪਤੇ ਨੇ ਉੱਤਰ ਦਿੱਤਾ ਇਹ ਵੀ ਗੱਲ ਠੀਕ ਆ ਤੁਹਾਡੀ ਜਨਾਬ ਪਰ ਆਪਾਂ ਇਉਂ ਕਰਦੇ ਆਂ ਕੁਝ ਸਪेयर पार्ट ਬੰਬੇੋਂ ਮੰਗਵਾ ਲਿਆ ਕਰੀਏ ਦੋ ਪਾਰਟੀਆਂ ਹੁਣ ਤਾਂ ਥੋੜਾ ਜਿਹਾ ਠੀਕ ਆ ਇਹ ਉਮ ਕਰ ਲਾਂਗੇ ਨਾਲੇ ਇਸ ਸੀਜ਼ਨ ਚ ਆਪਾਂ ਨਰਮਾ ਆਪ ਨਹੀਂ ਖਰੀਦਣਾ ਸਾਰੀ ਰੂਮ ਬਾਹਰੋਂ ਆਣੀ ਆ ਹੁਣ ਤੋਂ ਹੀ ਕਿਸੇ ਪਾਰਟੀ ਨਾਲ ਗੰਢ ਧੁੱਪ ਕਰ ਲਓ ਐਮ ਡੀ ਗੁਪਤੇ ਨੇ ਆਖਿਆ ਠੀਕ ਆ ਸਰ ਜੋ ਵੀ ਜ਼ਿਆਦਾ ਦਿਓ ਉਹ ਗੰਢ ਧੁੱਪ ਕਰ ਲਾਂਗੇ ਇਹਦਾ ਮਤਲਬ ਆ ਜੇ ਆਪਾਂ ਨਰਮਾ ਨਹੀਂ ਖਰੀਦਦੇ ਜੀਨ ਖਾਤੇ ਬੰਦ ਹੀ ਰਹਿਣਗੇ ਲੇਬਰ ਅਫਸਰ ਨੇ ਪੁੱਛਿਆ ਜੀਨਿੰਗ ਬੰਦ ਕਰਨ ਨਾਲ ਵਰਕਰ ਤੇ ਕੋਈ ਅਸਰ ਨਹੀਂ ਪੈਣਾ ਸਾਰੇ ਕੱਚੇ ਆਦਮੀ ਰੱਖੇ ਹੁੰਦੇ ਆ ਆਪਣੀ ਸਿਹਤ ਤੇ ਕੀ ਅਸਰ ਨਾਲੇ ਸਹਿਕਾਰਤਾ ਮੰਤਰੀ ਸਾਹਿਬ ਜੀ ਦਾ ਹੁਕਮ ਵੀ ਤਾਂ ਵਜਾਉਣਾ ਹੈ ਆ ਇੱਕ ਕੰਮ ਹੋਰ ਵੀ ਕਰਨ ਵਾਲਾ ਹੈ ਜੋ ਆਪਣੀਆਂ ਵਰਕਸ਼ਾਪਾਂ ਚ ਕਬਾੜ ਪਿਆ ਉਹ ਵੀ ਕਿਸੇ ਪਾਰਟੀ ਨੂੰ ਵੇਲੇ-ਕਵੇਲੇ ਚਕਵਾਓ ਹਾਂ ਜਨਾਬ ਇਹ ਵੀ ਕੰਮ ਕਰਨ ਵਾਲਾ ਹੈ ਤੇ ਜੋ ਜਨਰੇਟਰਾਂ ਲਈ ਤੇਲ ਆਉਂਦਾ ਹੈ ਹੈੱਡ ਕਲਰਕ ਕਹਿੰਦਾ ਸੀ ਸਾਨੂੰ ਰਸੀਦਾਂ ਚੜਾਉਣ ਦਾ ਪੂਰਾ ਹੱਕ ਨਹੀਂ ਮਿਲਦਾ ਰਲ ਮਿਲ ਤੁਰੇ ਚੱਲੋ ਜਿਆਦਾ ਨਹੀਂ ਤਾਂ ਥੋੜਾ ਜੋ ਉਹਨਾਂ ਦਾ ਬਣਦਾ ਹੈ ਉਹਨਾਂ ਨੂੰ ਦਿਆਕਰ ਉਹਨਾਂ ਨੂੰ ਇੰਨੀ ਗੱਲ ਵੀ ਜ਼ਰੂਰ ਆਖਦੇ ਵੀ ਜਿਆਦਾ ਮੂੰਹ ਟੱਡਿਆ ਮੱਖੀਆਂ ਹੀ ਪੈਣਗੀਆਂ ਸਰ ਮਿਲ ਚ 15 ਭੰਗੀਆਂ ਦੀ ਹਾਜ਼ਰੀ ਲੱਗਦੀ ਐ ਜਦ ਕਿ ਆਪਣੇ ਕੋਲ ਐ 5 ਮਾਲੀਆਂ ਦੀ ਗਿਣਤੀ ਵੀ 10 ਆ ਤੇ ਹਨ 3 ਤੇ ਜੇ ਇੱਕ ਇੱਕ 1 2 2 ਹੋਰ ਵਧਵਾ ਲਈਏ ਤਾਂ ਕੋਈ ਲੋੜ ਨਹੀਂ ਐ ਜੀ ਹਾਂ ਅਗਲੇ ਮਹੀਨੇ ਵੇਖ ਲਾਂਗੇ ਜੇ ਬਾਲੀ ਗੱਲ ਆ ਤਾਂ ਐਮ ਡੀ ਨੇ ਆਖਿਆ ਤੇ ਜਾਣ ਲਈ ਉੱਠ ਖੜੋਤਾ ਪਰ ਲੇਬਰ ਅਫਸਰ ਨੇ ਹੋਰ ਖਜੂਫਾ ਛੱਡਿਆ ਸਰ ਮਿਲ ਦੇ ਮਗਰਲੇ ਪਾਸੇ ਚਾਰ ਦੁਵਾਰੀ ਤੋਂ ਪਾਰ ਵੀ ਕੁਝ ਜ਼ਮੀਨ ਆਪਣੀਆਂ ਜੋ ਵਿਹਲੀ ਪਈ ਰਹਿੰਦੀ ਐ ਤੇ ਨਾਲ ਦੇ ਖੇਤ ਵਾਲੇ ਚੰਗੀ ਕੀਮਤ ਦੇਣ ਨੂੰ ਤਿਆਰ ਆ ਬੇਕੂਫਾਂ ਤੋਂ ਇਹੋ ਜਿਹੇ ਝਮੇਲੇ 'ਚ ਫਸ ਕੇ ਮਰਨਾ ਕਿਤੇ ਮੁੱਦਾ ਉੱਠ ਖੜਿਆ ਨਿਕਲਣਾ ਵੀ ਨਹੀਂ ਨਿਕਲਿਆ ਵੀ ਨਹੀਂ ਜਾਣਾ ਆਖ ਐਮਡੀ ਦਫਤਰ ਤੋਂ ਬਾਹਰ ਨਿਕਲ ਗਿਆ ਮਿਲ 'ਚ ਅਚਾਨਕ ਲਾਈਟ ਜਾਣ ਨਾਲ ਹਨੇਰਾ ਫੈਲ ਗਿਆ ਸੀ ਖਾਤਿਆਂ 'ਚੋਂ ਸੀਟੀਆਂ ਤੇ ਚੀਕਾਂ ਦੀ ਆਵਾਜ਼ਾਂ ਆਉਣ ਲੱਗ ਪਈਆਂ ਸੀ ਜਿੱਥੇ ਵੀ ਕੋਈ ਸੀ ਉੱਥੇ ਦੜਵੱਟ ਲਈ ਸੀ ਕਈ ਕੰਦਾਂ ਦਾ ਆਸਰਾ ਲੈ ਬਾਰ-ਬਾਰ ਲੇ ਗੇਟ ਵੱਲ ਜਾਣ ਲੱਗ ਪਈ ਸੀ ਅੱਧੇ ਘੰਟੇ ਬਾਅਦ ਜਾ ਕੇ ਕਿਤੇ ਨੇਰੇ ਦੀ ਚਾਦਰ ਛੱਟੀ ਸੀ ਜਨਰੇਟਰ ਮਕੈਨਿਕ ਮੌਕੇ ਤੋਂ ਗੈਰ ਕਰਕੇ ਗੈਰ ਹਾਜ਼ਰ ਕਰਕੇ ਇਹ ਨਾ ਸਮਾਂ ਲੱਗਾ ਸੀ ਤੇ ਇਸ ਅੱਧੇ ਘੰਟੇ 'ਚ ਇੱਕ ਬਹੁਤ ਵੱਡੀ ਘਟਨਾ ਘਟ ਚੁੱਕੀ ਸੀ ਸ਼ਿਫਟ ਇੰਚਾਰਜ ਮੈਣੀ ਸਾਹਿਬ ਦੀ ਬੇਟੀ ਮੋਨਾ ਸਟੇਸ਼ਨ ਪਰ ਕੇ ਆਈ ਸੀ ਉਹ ਜਨਰੇਟਰਾਂ ਵਾਲੇ ਪਾਸੇ ਮਿੱਲ ਦੀ ਮਗਰਲੀ ਸਾਈਡ ਤੇ ਕੁਆਟਰਾਂ ਤੋਂ ਕਾਫੀ ਪਿੱਛੇ ਸੀ ਜਦੋਂ ਉਹਨੂੰ ਬਿੱਲੂ ਨੇ ਹਨੇਰੇ ਦਾ ਲਾਭ ਉਠਾਉਂਦੇ ਆ ਜੱਫਾ ਮਾਰ ਲਿਆ ਸੀ ਬਿੱਲੂ ਤੇ ਚੀਨਾ ਜਨਰੇਟਰਾਂ ਦੇ ਛੱਡਾਂ ਦੇ ਮਗਰਲੇ ਪਾਸੇ ਆਪਣੇ ਨਸ਼ੇ ਦੀ ਪੂਰਤੀ ਕਰਕੇ ਆਈ ਸੀ ਕੁੜੀ ਨੂੰ ਇਕੱਲਿਆਂ ਵੇਖ ਬਿੱਲੂ ਜਿਵੇਂ ਪਾਗਲ ਹੋ ਗਿਆ ਸੀ ਕੁੜੀ ਦੀ ਚੀਕ ਉਹਦੇ ਸੰਗ ਜੀ ਘੁੱਟੀ ਗਈ ਸੀ ਉਹ ਕੁੜੀ ਨੂੰ ਇੱਕ ਪਾਸੇ ਮਿੱਲ ਦੀ ਕੰਧ ਵੱਲ ਲੈ ਗਏ ਜਦੋਂ ਉਹਨੂੰ ਜਨਰੇਟਰ ਚੱਲੇ ਕੁੜੀ ਦੀ ਇੱਜ਼ਤ ਲੁੱਟੀ ਜਾ ਚੁੱਕੀ ਸੀ ਬਿੱਲੂ ਤੇ ਚੀਨੇ ਦੀ ਹੈਵਾਨੀਅਤ ਨੰਗਾ ਨੱਚ ਨੱਚ ਚੁੱਕੇ ਸੀ ਸ਼ਿਫਟ ਇਨਚਾਰਜ ਮੈਣੀ ਅੱਜ ਆਪਣੀ ਡਾਇਰੀ ਆਪਣੇ ਫਲੈਟ ਚ ਭੁੱਲਾਇਆ ਸੀ ਤੇ ਜਨਰੇਟਰ ਚੱਲਣ ਤੇ ਟਾਈਮ ਕੀਪਰ ਕੋਲੋਂ ਉੱਠ ਆਪਣੇ ਫਲੈਟ ਵੱਲ ਤੁਰ ਪਿਆ ਸੀ ਅੱਗੋਂ ਆਉਂਦੇ ਬਿੱਲੂ ਤੇ ਚੀਨਾ ਮਿਲੇ ਸੀ ਜੋੜੀ ਕਿਧਰੋਂ ਆਈ ਹੈ ਮੈਣੀ ਅਚਾਨਕ ਉਹਨਾਂ ਦੇ ਅੱਗੇ ਆ ਗਿਆ ਸੀ ਤੋਂ ਘਬਰਾ ਗਏ ਸੀ ਇੱਥੋਂ ਹੀ ਇੱਥੋਂ ਹੀ ਬਿੱਲੂ ਦੇ ਸੰਗ ਚੋਂ ਮਸਾਂ ਆਵਾਜ਼ ਨਿਕਲੀ ਸੀ ਪਰ ਮੈਣੀ ਨੇ ਕੋਈ ਖਾਸ ਤਵੱਜੋ ਨਹੀਂ ਦਿੱਤੀ ਉਹ ਉਹਨਾਂ ਦੇ ਕੱਪੜੇ ਮਿੱਟੀ ਘੱਟੇ ਨਾਲ ਗੋਥਲੇ ਜੇ ਵੇਖ ਹੈਰਾਨਗੀ ਜ਼ਰੂਰ ਹੋਈ ਸੀ ਤੇ ਜਦੋਂ ਆਪਣੇ ਫਲੈਟ 'ਚ ਬੜਿਆ ਤਾਂ ਖਾਨੇ ਹੁ ਗਈਆਂ ਉਹਦੇ ਘਰ ਵਾਲੀ ਮੋਨਾ ਨੂੰ ਹੋਈ ਬੀਤੀ ਪੁੱਛ ਰਹੀ ਸੀ ਤੇ ਮੋਨਾ ਰੋ ਰੋ ਆਪਣਾ ਹਾਲ ਬਿਆਨ ਕਰ ਰਹੀ ਸੀ ਉਹਦਾ ਮੂੰਹ ਦੰਦਾਂ ਤੇ ਘਰੁੰਡਾਂ ਨਾਲ ਖਾਦਾ ਪਿਆ ਸੀ ਮੋਨਾ ਬੇਟੀ ਮੈਣੀ ਦੀ ਚੀਕ ਨਿਕਲ ਗਈ ਕਾਲਜੇ 'ਚੋਂ ਜਿਵੇਂ ਰੁਗ ਭਰਿਆ ਗਿਆ ਪਾਪਾ ਆਖ ਮੋਨਾ ਉਹਦੇ ਗਲ ਨੂੰ ਚਿੰਬੜ ਗਈ ਉਹ ਖੂਨ ਨਾਲ ਲਥਪਥ ਸੀ ਉਥੇ ਜਿਵੇਂ बेहोਸ਼ੀ ਹਾਵੀ ਹੋ ਰਹੀ ਸੀ ਅੱਖਾਂ ਮਿਚਮਿਚ ਜਾਂਦੀਆਂ ਸੀ ਮੈਣੀ ਨੇ ਆਸਰਾ ਦੇ ਕੇ ਉਹਨੂੰ ਬੈੱਡ ਤੇ ਲਟਾ ਦਿੱਤਾ ਬਲਾਤਕਾਰ ਕਰ ਗਏ ਹਰਾਮੀ ਮੇਰੀ ਫੁੱਲ ਭਰਦੀ ਬੱਚੀ ਨਾਲ ਮੋਨਾ ਦੀ ਮੰਮੀ ਦੀ ਲੇਰ ਨਿਕਲ ਗਈ ਮੈਣੀ ਨੂੰ ਅਨੁਮਾਨ ਲਾਉਂਦਿਆਂ ਚਿਰ ਨਾ ਲੱਗਾ ਕਿ ਬਲਾਤਕਾਰੀ ਕੌਣ ਆ ਉਹਦਾ ਸਿੱਧਾ ਸ਼ੱਕ ਬਿੱਲੂ ਤੇ ਚੀਨੇ ਵੱਲ ਗਿਆ ਪਰ ਫਿਰ ਵੀ ਪੁੱਛ ਗਿਆ ਕੌਣ ਸੀ ਮੈਂ ਨਾਂ ਨਹੀਂ ਜਾਣਦੀ ਦੋਹਾਂ ਦੇ ਚਿੱਟੇ ਕੁਰਤੇ ਪਜਾਮੇ ਪਾਏ ਸੀ ਜਨਰੇਟਰਾਂ ਵੱਲੋਂ ਆਏ ਸੀ ਉੱਥੇ ਹੀ ਮੋਨਾ ਦੀ ਮਸਾਂ ਹੀ ਆਵਾਜ਼ ਨਿਕਲੀ ਅੱਖਾਂ ਖੂਨ ਦੇ ਹੰਝੂ ਰੋ ਰਹੀਆਂ ਸੀ ਮੈਂ ਗੁਪਤਾ ਸਾਹਿਬ ਕੋਲ ਜਾ ਕੇ ਆਉਣਾ ਪੁਲਿਸ ਰਿਪੋਰਟ ਤਾਂ ਕਰਨੀ ਪਊ ਆਖ ਮੈਣੀ ਤੁਰਨ ਲੱਗਾ ਤਾਂ ਮੋਨਾ ਦੀ ਮੰਮੀ ਨੇ ਆਵਾਜ਼ ਦਿੱਤੀ ਪਹਿਲਾਂ ਕਿਸੇ ਡਾਕਟਰ ਨੂੰ ਵੇਖੋ ਨਾ ਕੀ ਹਾਲ ਆ ਮੋਨਾ ਦਾ ਧੀਰਜ ਰੱਖ ਮੈਂ 2 ਮਿੰਟਾਂ ਚ ਆਇਆ ਆਖ ਮੈਣੀ ਆਪਣੇ ਫਲੈਟ ਤੋਂ ਬਾਹਰ ਨਿਕਲ ਗਿਆ ਲੇਬਰ ਅਫਸਰ ਦੀ ਰਹਾਇਸ਼ ਤੇ ਆ ਗਿਆ ਪਹਿਲੀ ਬੈਲ ਤੇ ਹੀ ਲੇਬਰ ਅਫਸਰ ਗੋਇਲ ਬਾਹਰ ਨਿਕਲਿਆ ਉਹ ਨਾਈਟ ਸੂਟ ਸੀ ਗੋਇਲ ਸਾਹਿਬ ਆਪਾਂ ਐਮ ਡੀ ਤੱਕ ਜਾਣਾ ਔ ਮੇਰੇ ਨਾਲ ਈ ਗੱਲ ਆ ਤੇਰੇ ਮੂੰਹ ਤੇ ਤਾਂ ਪਲਤਣਾ ਫਿਰਨ ਡਈਆ ਸੋਖਾ ਗੋਇਲ ਨੇ ਸੋਚਿਆ ਜ਼ਰੂਰ ਕੋਈ ਕਿਸੇ ਖਾਤੇ 'ਚ ਘਟਨਾ ਵਾਪਰ ਗਈ ਹੋਈ ਕਈ ਵਾਰ ਮਸ਼ੀਨਾਂ ਤੇ ਕੰਮ ਕਰਦੇ ਆ ਵਰਕਰਾਂ ਨਾਲ ਹਾਦਸੇ ਵਾਪਰ ਹੀ ਜਾਂਦੇ ਸੀ ਪਿਛਲੇ ਦਿਨੀ ਇੱਕ ਵਰਕਰ ਦੀ ਕਟਿੰਗ ਖਾਤੇ 'ਚ ਮਸ਼ੀਨ 'ਚ ਬਾਹ ਮੱਢੀ ਗਈ ਸੀ ਮੇਰੀ ਬੇਟੀ ਮੋਨਾ ਨਾਲ ਬਲਾਤਕਾਰ ਹੋ ਗਿਆ ਬਿੱਲੂ ਤੇ ਚੀਨਾ ਆਖ ਮੈਣੀ ਗੋਇਲ ਤੇ ਗੱਲ ਨੂੰ ਹੀ ਚਿਬੜ ਗਿਆ ਆਪਣੇ ਆਪ ਤੇ ਰੱਖਿਆ ਜ਼ਬਤ ਜਿਵੇਂ ਟੁੱਟ ਗਿਆ ਅੱਖਾਂ ਚੋਂ ਰਾਵੀ ਚਨਾ ਵਹਿ ਚਨਾ ਵੇ ਤੁਰੇ ਸਬਰ ਕਰੋ ਮੈਣੀ ਸਬਰ ਮੈਨੂੰ ਪੂਰੀ ਗੱਲ ਸਮਝਾ ਲੇਬਰ ਅਫਸਰ ਦੀਆਂ ਵੀ ਸੁਣ ਖਾਨੇਉ ਗਈਆਂ ਜੋ ਸੁਣਿਆ ਸੀ ਆਪਣੇ ਕੰਨਾਂ ਤੇ ਵਿਸ਼ਵਾਸ ਨਹੀਂ ਆਇਆ ਸੀ ਜਦ ਲਾਈਟ ਗਈ ਸੀ ਉਦੋਂ ਦੀ ਗੱਲ ਆ ਮੋਨਾ ਟੇਸ਼ਨ ਤੋਂ ਆਉਂਦੀ ਸੀ ਉਹ ਹਰਾਮਜ਼ਾਦੇ ਜਨਰੇਟਰਾਂ ਵੱਲ ਹੋਣਗੇ ਅਕਸਰ ਉਧਰ ਜਾ ਕੇ ਨਸ਼ੇ ਪੱਤੇ ਕਰਦੇ ਆ ਮੈਂ ਆਪ ਵੇਖੇ ਸੀ ਉਧਰੋਂ ਆਉਂਦੇ ਪਰ ਮੈਨੂੰ ਕੀ ਪਤਾ ਸੀ ਮੇਰੇ ਕਾਲਜੇ ਨੂੰ ਹੀ ਮੈਣੀ ਫੇਰ ਡਸਕ ਪਿਆ ਗਪਤਾ ਸਾਹਿਬ ਨਾਲ ਗੱਲ ਕਰਦੇ ਆਂ ਰਪਟ ਤਲ ਖਾਉਣੀ ਪਊ ਗੋਇਲ ਨੇ ਆਖਿਆ ਤੇ ਉਹ ਦੋਵੇਂ ਐਮ.ਡੀ ਸਾਹਿਬ ਦੀ ਕੋਠੀ ਆ ਗਏ ਗਪਤਾ ਸਾਹਿਬ ਅੱਗੇ ਇਕੱਲੇ ਹੀ ਮਹਿਫਿਲ ਜਮਾਈ ਬੈਠੇ ਸੀ ਹਾਂ ਬਈ ਗਪਤਾ ਉਹਨਾਂ ਨੂੰ ਬਗੈਰ ਘੰਟੀ ਮਾਰੇ ਆਪਣੇ ਸਾਹਮਣੇ ਆਏ ਵੇਖ ਚੌਂਕਿਆ ਸਰ ਜੋ ਨਹੀਂ ਹੋਣਾ ਸੀ ਹੋ ਗਿਆ ਗੋਇਲ ਬੋਲਿਆ ਮੈਨੂੰ ਤਾਂ ਉਹੀ ਠੰਡਮਰਿਆ ਖੜਾ ਸੀ ਉਹ ਇੱਧਰ ਨੂੰ ਆ ਗਿਆ ਪਤਾ ਨਹੀਂ ਮੋਨਾਂ ਦਾ ਕੀ ਹਾਲ ਹੋਣਾ ਸੀ ਉਹਨੂੰ ਫੌਰੀ ਡਾਕਟਰ ਦੀ ਲੋੜ ਸੀ ਹਾਦਸਾ ਵਾਪਰ ਗਿਆ ਕੋਈ ਗਪਤੇ ਨੇ ਕੀਮਤੀ ਗਲਾਸ ਤੋਂ ਵਿਸਕੀ ਦੀ ਘੁੱਟ ਮਾਰ ਗਲਾਸ ਫੇਰ ਮੇਜ਼ ਤੇ ਟਕਾਤਾ ਬਿੱਲੂ ਤੇ ਚੀਨਾ ਮੈਣੀ ਦੀ ਬੱਚੀ ਨਾਲ ਗੋਇਲ ਨੂੰ ਜੋ ਮੈਣੀ ਨੇ ਦੱਸਿਆ ਅੱਗੇ ਬਿਆਨ ਕਰਤਾ ਮਾੜੀ ਗੱਲ ਕੀਤੀ ਸਾਲਿਆਂ ਨੇ ਹੁਣ ਕੀ ਵਿਚਾਰਾ ਤੁਹਾਡੀ ਕੁੁੱਤੇ ਨੇ ਸਾ ਪਿੱਛੇ ਜੇ ਨੂੰ ਖਿੱਚ ਫੁਕਾਰਾ ਮਾਰਿਆ ਕੁੜੀ ਦਾ ਮੈਡੀਕਲ ਕਰਾਉਣਾ ਪਊ ਉਤੋਂ ਪਹਿਲਾਂ ਪੁਲਿਸ ਰਿਪੋਰਟ ਵੀ ਜ਼ਰੂਰੀ ਆ ਕੁੜੀ ਬੁਰੇ ਹਾਲੀਆਂ ਇਹ ਵਿਚਾਰਾ ਤਾਂ ਉਵੇਂ ਹੀ ਛੱਡ ਆਪਣੇ ਵੱਲ ਭੱਜ ਆਇਆ ਗੋਇਲ ਨੇ ਦੱਸਿਆ ਮੈਣੀ ਦੀ ਤਾਂ ਜ਼ੁਬਾਨ ਹੀ ਠਾਕੀ ਗਈ ਸੀ ਸਾਰਾ ਧਿਆਨ ਆਪਣੇ ਘਰਵਾਲੀ ਸੀ ਐਮ ਡੀ ਸਾਹਿਬ ਕੁਝ ਬੋਲਦੇ ਉਹਦੇ ਫੋਨ ਦੀ ਘੰਟੀ ਖੜਕੀ ਐਮ ਡੀ ਨੇ ਦੂਜੇ ਕਮਰੇ ਚ ਜਾ ਰਸੀਵਰ ਚੱਕ ਕੰਨ ਨੂੰ ਲਾਇਆ ਹੈਲੋ ਆਖੀ ਤਾ ਗੋ ਸੰਧੂਰਾ ਸਿੰਘ ਦੀ ਆਵਾਜ਼ ਆਈ ਸੀ ਗੁਪਤਾ ਜੀ ਮੈਂ ਸੰਧੂਰਾ ਸਿੰਘ ਬੋਲਦਾ ਹਾਂ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਹੁਕਮ ਕਰੋ ਜੀ ਦਾਸ ਨੂੰ ਕਿਵੇਂ ਯਾਦ ਕੀਤਾ ਗੁਪਤਾ ਆਪਣੀ ਆਵਾਜ਼ 'ਚ ਮਿਠਾਸ ਭਰ ਕੇ ਬੋਲੇ ਆਪਣੇ ਬਿੱਲੂ ਨਾਲ ਤੋਂ ਇੱਥੇ ਕੋਈ ਕਿਸੇ ਕੁੜੀ ਨਾਲ ਮਾੜੀ-ਮੋਟੀ ਛੇੜਛਾੜ ਜੀ ਹੋ ਗਈ ਆ। ਮੁੰਡਿਆਂ ਖੁੰਡਿਆਂ ਤੋਂ ਇਹੋ ਜਿਹਾ ਲੱਲਾਪੱਬਾ ਹੋਈ ਜਾਂਦਾ ਹੈ। ਇੱਥੇ ਹੀ ਨਿਪਟਾ ਦੇਣਾ ਮਾਮਲਾ। ਅਗੋ ਸੰਧੂਰਾ ਸਿੰਘ ਕਾਫੀ ਕੁਝ ਸਮਝਾਉਂਦਾ ਰਿਹਾ ਗਪਤਾ ਜੀ ਜੀ ਕਰੀ ਗਿਆ। ਬਿੱਲੂ ਤੇ ਚੀਨਾ ਜਦੇ ਕੁਕਰਮ ਕਰਦੇ ਮੁੜੇ ਸੀ ਤਾਂ ਰਸਤੇ 'ਚ ਉਹਨਾਂ ਨੂੰ ਮੈਣੀ ਮਿਲਿਆ ਸੀ। ਉਹ ਮੈਣੀ ਨੂੰ ਵੇਖ ਕੇ ਡਰ ਗਏ ਸੀ। ਜੇ ਕੁੜੀ ਉਹਨਾਂ ਨੂੰ ਨਹੀਂ ਵੀ ਸਿਆਣ ਦੀ ਸੀ ਤਾਂ ਮੈਣੀ ਨੂੰ ਅਨੁਮਾਨ ਲਾਉਣਾ ਔਖਾ ਨਹੀਂ ਹੋਣਾ ਸੀ। ਉਹ ਖਾਤਿਆਂ 'ਚ ਜਾਣ ਦੀ ਬਜਾਏ ਜਾਂ ਕੰਟੀਨ ਚ ਵੜਨ ਦੀ ਬਜਾਏ ਸਿੱਧਾ ਮੇਨ ਗੇਟ ਨੂੰ ਗਏ ਸੀ ਤੇ ਫਿਰ ਬਿੱਲੂ ਨੇ ਮਿਲ ਵਿੱਚੋਂ ਬਾਹਰ ਆ ਕੇ ਸੰਧੂਰਾ ਸਿੰਘ ਨੂੰ ਫੋਨ ਕਰ ਸਾਰੀ ਕਹਾਣੀ ਬਿਆਨ ਕਰ ਦਿੱਤੀ ਕਿਤੇ ਪਾਸੇ ਆਸੇ ਪਾਸੇ ਧੱਕੇ ਨਹੀਂ ਖਾਦੇ ਜਾਂਦੇ ਸੀ ਚਲੋ ਜੋ ਹੋਣਾ ਹੋ ਗਿਆ ਫਿਕਰ ਵਾਲੀ ਕੋਈ ਗੱਲ ਨਹੀਂ ਸੰਭਾਲ ਲਾਂਗੇ ਆਪਾਂ ਐਮ ਡੀ ਨਾਲ ਹੁਣੇ ਗੱਲ ਕਰਦੇ ਆ ਤੁਸੀਂ ਕੇਰਾ ਟਾਲਾ ਜ਼ਰੂਰ ਮਾਰ ਜਾਓ ਚੋਣਾ ਆਉਣ ਵਾਲੀਆਂ ਤੁਸੀਂ ਹੋਰ ਪਸੂੜੀਆਂ ਪਾਉਣ ਲੱਗ ਪਏ ਆਗ ਸੰਦੂਰਾ ਸਿੰਘ ਨੇ ਫੋਨ ਕੱਟ ਗੁਪਤੇ ਦਾ ਨੰਬਰ ਮਲਾਇਆ ਸੀ ਤੇ ਗੁਪਤਾ ਫੋਨ ਤੇ ਗੱਲ ਕਰ ਗੋਇਲ ਹੁਣਾ ਕੋਲ ਫੇਰ ਆ ਬੋਲਿਆ ਸੀ ਧੰਨਵਾਦ ਚਲਦਾ